ਚੜ੍ਹਦੇ ਨੂੰ ਸਲਾਮਾਂ ਨੇ, ਪਰ ਉਹਨਾਂ ਨੂੰ ਜਿੱਤਣ ਜੋਗੇ ਤਾਂ ਕਰੀਏ ਨਾ ਪਹਿਲਾਂ ਆਪਾਂ। ਸਾਡੇ ਕੋਸ਼ਿਸ਼ ਇਹੀ ਆ ਹੁਣ ਕਿ ਸਿੰਥੈਟਿਕ ਟਰੈਕ ਲੱਗ ਰਹੇ ਨੇ। ਪਿੱਛੇ ਜੇ ਮੈਂ ਸੰਗਰੂਰ ਦੇ ਵਿੱਚ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ ਲੈਵਲ ਦਾ ਸੈਂਟਰ ਹੈ ਉਹ ਮੈਂ ਉਹਦਾ ਉਦਘਾਟਨ ਕਰਕੇ ਆਇਆ। ਉਹੀ ਗੱਦੇ, ਉਹੀ ਵੇਟ, ਉਹੀ ਸਭ ਕੁਝ ਜਿਹੜਾ ਓਲੰਪਿਕ 'ਚ ਵਰਤਿਆ ਜਾਂਦਾ ਉੱਥੇ ਹੋਊਗਾ। ਬਹੁਤ ਕੋਸ਼ਿਸ਼ਾਂ ਸਾਡੀਆਂ ਇਸ ਲੈਵਲ 'ਤੇ ਨੇ ਕਿ ਤੰਦਰੁਸਤੀ ਹੋਵੇ ਪਹਿਲਾਂ, ਖੇਡਾਂ ਤਾਂ ਹੀ ਚੰਗੀਆਂ ਲੱਗਣਗੀਆਂ। ਸਕਿਓਨ ਮੰਦਿਰ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਦੇ ਵਿੱਚ ਅੱਜ ਨਿਤਯਾਨੰਦ ਦਾ ਜਨਮ ਉਤਸਵ ਮਨਾਇਆ ਗਿਆ, ਜਿਸ ਦੇ ਵਿੱਚ ਸਾਡੇ ਨਾਲ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਦੇ ਸੇਵਾਦਾਰ ਆਪਾਂ ਗੱਲਬਾਤ ਕਰਦੇ ਹਾਂ। ਪਹਿਲੇ ਤਾਂ ਹਰੇ ਕ੍ਰਿਸ਼ਨਾ। ਹਰੇ ਕ੍ਰਿਸ਼ਨਾ ਪ੍ਰਭੂ ਜੀ। ਪ੍ਰਭੂ ਜੀ ਅੱਜ ਨਿਤਯਾਨੰਦ ਜੀ ਦਾ ਜਨਮ ਉਤਸਵ ਮਨਾਇਆ ਗਿਆ, ਬੜੀ ਧੂਮਧਾਮ ਨਾਲ ਦੇਖ ਰਿਹਾ ਪੂਰਾ ਮੰਦਿਰ ਦੇ ਵਿੱਚ ਜੋ ਹੈ ਸ਼ਰਧਾਲੂ ਕਿਹੜੇ ਆ ਰਾਧੇ ਰਾਧੇ ਦੇ ਨਾਮ 'ਤੇ ਜੋ ਹੈ ਜੀ ਬਿਲਕੁਲ। ਜਿਸ ਤਰ੍ਹਾਂ ਕਿ ਜੋ ਹਰੇ ਕ੍ਰਿਸ਼ਨਾ ਜੋ ਮੂਵਮੈਂਟ ਹੈ, ਜੋ ਕ੍ਰਿਸ਼ਨ ਦੇ ਭਗਤ ਹੈਗੇ ਉਹਨਾਂ ਲਈ ਜਿਸ ਤਰੀਕੇ ਨਾਲ ਜਨਮ ਅਸ਼ਟਮੀ ਬੜੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ, ਬੜਾ ਮੁੱਖ ਫੈਸਟੀਵਲ ਹੈ, ਉਸੇ ਤਰੀਕੇ ਨਾਲ ਸਾਡੇ ਲਈ ਨਿਤਯਾਨੰਦ ਤ੍ਰਯੋਦਸ਼ੀ ਅੱਜ ਦਾ ਦਿਨ ਬੜਾ ਮੁੱਖ ਹੈ। ਕਿਉਂਕਿ ਨਿਤਯਾਨੰਦ ਪ੍ਰਭੂ ਕੌਣ ਨੇ? ਜਿਹੜੇ ਬਲਰਾਮ ਜੀ ਨੇ ਉਹੀ ਇਸ ਕਲਯੁੱਗ ਦੇ ਵਿੱਚ ਜਿਹੜੇ ਹੈ ਉਹ ਨਿਤਯਾਨੰਦ ਪ੍ਰਭੂ ਦੇ ਰੂਪ 'ਚ ਪ੍ਰਗਟ ਹੋਏ ਨੇ, ਔਰ ਪ੍ਰਗਟ ਹੋ ਕੇ ਉਹਨਾਂ ਨੇ ਜਿਹੜੀ ਆਪਣੀ ਲੀਲਾਵਾਂ ਕੀਤੀ ਹੈ ਔਰ ਸਾਨੂੰ ਬੜਾ ਹੀ ਕਿਰਪਾ ਦਿੱਤੀ ਹੈ ਉਹਨਾਂ ਨੇ, ਇਸ ਕਰਕੇ ਉਹਨਾਂ ਦਾ ਜਿਹੜਾ ਜਨਮ ਉਤਸਵ ਹੈ ਉਹ ਬੜੀ ਧੂਮਧਾਮ ਨਾਲ ਨੀਚੇ ਮਨਾਇਆ ਜਾ ਰਿਹਾ ਹੈ ਔਰ ਉਹਨਾਂ ਦਾ ਅਭਿਸ਼ੇਕ ਕੀਤਾ ਜਾ ਰਿਹਾ, ਛੱਪਣ ਭੋਗ ਲਗਾਏ ਜਾਣਗੇ, ਭਗਵਾਨ ਦੀ ਆਰਤੀ ਹੋਏਗੀ। ਹਰੇ ਕ੍ਰਿਸ਼ਨ। ਦੇਖ ਰਿਹਾ ਮੈਂ ਜਲੰਧਰ ਕਿ ਪੂਰੇ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਲੋਕ ਕਿਹੜੇ ਇੱਥੇ ਮੰਦਿਰ ਦੇ ਵਿੱਚ ਆਉਂਦੇ ਨੇ, ਇਹ ਮਨੋਕਾਮਨਾ ਵੀ ਇਸ ਮੰਦਿਰ ਦੇ ਵਿੱਚੋਂ ਜੋ ਮੰਗਦਾ ਉਸਦੀ ਮਨੋਕਾਮਨਾ ਵੀ ਪੂਰੀ। ਜੀ ਇਹ ਤਾਂ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਕਿ ਸਾਡੇ ਮੰਦਿਰ ਦੇ ਵਿੱਚ ਕਹਿ ਖਾਸ ਗੱਲ ਹੈ ਕਿ ਭਗਵਾਨ ਦੇ ਅੱਗੇ ਆ ਕੇ ਜੋ ਜਿਸ ਤਰੀਕੇ ਦੀ ਮਨੋਕਾਮਨਾ ਆਪਣੀ ਰੱਖ ਕੇ ਆਉਂਦਾ ਭਗਵਾਨ ਉਹਦੀ ਇੱਛਾ ਨੂੰ ਜ਼ਰੂਰ ਪੂਰਾ ਕਰਦੇ। ਭਗਵਾਨ ਖੁਦ ਭਗਵਦ ਗੀਤਾ 'ਚ ਕਹਿੰਦੇ ਨੇ ਯੋਗ ਖੇਮਮ ਵਹਾਮਿਅਮ, ਅਤੇ ਮੈਂ ਹਰ ਇੱਕ ਲਈ ਜੋ ਕਿਸੇ ਨੂੰ ਚਾਹੀਦਾ ਉਹ ਮੈਂ ਪ੍ਰੋਵਾਈਡ ਕਰਦਾ ਵਾਂ, ਜੋ ਉਹਦੇ ਜੀਵਨ 'ਚ ਹੈ ਉਹਦੀ ਰੱਖਿਆ ਕਰਦਾ। ਲੋਕ ਵਰਿੰਦਾਵਨ ਨਹੀਂ ਜਾਣਾ ਚਾਹੁੰਦੇ ਅਤੇ ਸਕੋਨ ਮੰਦਿਰ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਦੇ ਵਿੱਚ ਜੀ। ਸਾਡੇ ਸ਼੍ਰੀ ਪ੍ਰਭੂਪਾਦ ਕਹਿੰਦੇ ਨੇ ਕਿ ਵਰਿੰਦਾਵਨ ਇੱਕ ਸਥਾਨ 'ਤੇ ਹੈ, ਲੇਕਿਨ ਪ੍ਰਭੂਪਾਦ ਜੀ ਦੀ ਕਿਰਪਾ ਦੇ ਨਾਲ ਅੱਜ ਅਸੀਂ ਦੇਖਦੇ ਹਾਂ ਪੂਰੇ ਵਿਸ਼ਵ ਦੇ ਵਿੱਚ ਹਰ ਕੋਨੇ ਕੋਨੇ ਦੇ ਵਿੱਚ ਸਕੋਨ ਦੇ ਮੰਦਿਰ ਜਿਹੜੇ ਨੇ ਉਹ ਵਰਿੰਦਾਵਨ ਦਾ ਨਿਰਮਾਣ ਕਰ ਰਹੇ ਨੇ। ਸੋ ਜਿਹੜੇ ਵਰਿੰਦਾਵਨ ਨਹੀਂ ਜਾ ਪਾਉਂਦੇ ਉਸ ਇਸਕੋਨ ਮੰਦਿਰ ਦੇ ਵਿੱਚ ਆ ਕੇ ਭਗਵਾਨ ਦੇ ਜਿਹੜੇ ਫੈਸਟੀਵਲ ਹੈ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹਨ ਜੀ। ਅੱਜ ਜੋ ਹੈ ਪਹਿਲਾਂ ਵਿਸ਼ੇਸ਼ ਕੀਤਾ ਗਿਆ ਵੀ ਛੱਪਣ ਭੋਗ ਵੀ ਕਿਹੜਾ ਲਗਵਾਇਆ ਜਾ ਰਿਹਾ, ਇਸ ਦੇ ਬਾਰੇ ਥੋੜ੍ਹਾ ਜਿਹਾ ਦੱਸਿਆ ਜਾਵੇ ਦੱਸਿਓ ਕਿਹੜਾ ਵਿਸ਼ੇਸ਼ ਹੈ ਉਹ ਕਿੱਦਾਂ ਕਰਵਾਇਆ ਜਾਂਦਾ? ਦੇਖੋ ਜੀ ਭਗਵਾਨ ਨੂੰ ਕੁਛ ਫੈਸਟੀਵਲ ਜਿਹੜੀਆਂ ਤਿਥੀਜ਼ ਨੇ ਉਹਨਾਂ ਦੇ ਉੱਤੇ ਭਗਵਾਨ ਦਾ ਸਪੈਸ਼ਲ ਅਭਿਸ਼ੇਕ ਕੀਤਾ ਜਾਂਦਾ, ਜਿਸ ਤੁਸੀਂ ਦੇਖ ਰਹੇ ਹੋ ਨੀਚੇ ਕੀਰਤਨ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਮੰਤਰਾਂ ਦੇ ਉਚਾਰਨ ਦੇ ਨਾਲ ਜਿਹੜਾ ਭਗਵਾਨ ਦਾ ਅਭਿਸ਼ੇਕ ਕੀਤਾ ਜਾਂਦਾ, ਅਲੱਗ ਅਲੱਗ ਆਈਟਮਸ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਦੈਨ ਅਭਿਸ਼ੇਕ ਹੋਣ ਤੋਂ ਬਾਅਦ ਭਗਵਾਨ ਦੀ ਜਦੋਂ ਡਰੈਸਿੰਗ ਹੋਏਗੀ ਫਿਰ ਉਸ ਤੋਂ ਬਾਅਦ ਭਗਵਾਨ ਨੂੰ 56 ਆਈਟਮ ਛੱਪਣ ਭੋਗ ਕਿਹਾ ਜਾਂਦਾ, ਕਿਉਂਕਿ ਜਦੋਂ ਭਗਵਾਨ ਨੇ ਗੋਵਰਧਨ ਪਰਬਤ ਉਠਾਇਆ ਤਾਂ ਭਗਵਾਨ ਨੇ 7 ਦਿਨ ਦੇ ਲਈ ਗੋਵਰਧਨ ਪਰਬਤ ਉਠਾ ਕੇ ਰੱਖਿਆ ਸੀ। ਔਰ ਇਸ ਤਰ੍ਹਾਂ ਕਹਿੰਦੇ ਨੇ ਕਿ ਭਗਵਾਨ ਇੱਕ ਦਿਨ 'ਚ 8 ਵਾਰੀ ਖਾਂਦੇ ਨੇ, ਸੋ 7 ਮਲਟੀਪਲਾਈ 8 56 ਆਈਟਮਾਂ, ਇਸ ਕਰਕੇ ਇਹਨੂੰ ਛੱਪਣ ਭੋਗ ਕਿਹਾ ਜਾਂਦਾ। ਇਹ 'ਚ 56 ਨਾਲੋਂ ਕਿੰਨੀਆਂ ਜ਼ਿਆਦਾ ਆਈਟਮ ਨੇ ਜਿਹੜੀ ਅੱਜ ਭਗਵਾਨ ਨੂੰ ਔਫਰਿੰਗ ਹੋ ਰਹੀਆਂ ਨੇ, ਲੇਕਿਨ ਇਹਦਾ ਨਾਮ ਰੱਖਿਆ ਜਾਂਦਾ ਹੈ 56 ਭੋਗ। ਸੋ ਭਗਵਾਨ ਨੂੰ 56 ਟਾਈਮ ਦੀਆਂ ਤਰ੍ਹਾਂ ਦੀਆਂ ਅਲੱਗ ਅਲੱਗ ਆਈਟਮ ਜਿਹੜੀ ਉਹ ਭਗਵਾਨ ਨੂੰ ਔਫਰ ਕੀਤੀਆਂ ਜਾਂਦੀਆਂ, ਭੋਗ ਲਗਾਈਆਂ ਜਾਂਦੀਆਂ। ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਸੇਵਾਦਾਰ ਦੇ ਨਾਲ, ਉਹਨਾਂ ਨੇ ਦੱਸਿਆ ਗਿਆ ਜੇ ਅੱਜ ਜੋ ਹੈ ਭਗਵਾਨ ਦਾ ਵਿਸ਼ੇਸ਼ ਕੀਤਾ ਗਿਆ, ਉਸ ਤੋਂ ਬਾਅਦ 56 ਤਰ੍ਹਾਂ ਦਾ ਭੋਗ ਲਗਾਇਆ ਗਿਆ ਜਿਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜੋ 56 ਭੋਗ ਦੇ ਵਿੱਚ ਜੇ ਭੋਗ ਲਗਾਏ ਜਾਂਦੇ ਨੇ, ਜੋ ਇੱਥੇ ਭਗਤ ਆਉਂਦੇ ਨੇ ਉਹਨਾਂ ਦੇ ਮਨੋਕਾਮਨਾ ਵੀ ਪੂਰੀਆਂ ਹੋ ਜਾਂਦੀਆਂ। ਸੁਨੀਲ ਮਹਾਜਨ, ਜਗਬਾਣੀ ਟੀਵੀ, ਜਲੰਧਰ।